ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਡੇਰਾ ਬਰਾਨਿਕ ਸ਼ੁੱਧ ਪਾਣੀ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਅੱਗ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕਨ ਵੀ ਦਬਾ ਲਓ। ਹਲਕਾ ਡੇਰਾ ਬਰਾਨਿਕ ਦੇ ਕਸਬਾ ਤਾਰੋਵਾਲੀ ਦੇ ਵਿੱਚ ਸ਼ੁੱਧ ਪਾਣੀ ਬਣਾਉਣ ਵਾਲੀ ਫੈਕਟਰੀ ਵਿੱਚ ਸ਼ਾਰਟ ਸਰਕਟ ਹੋਣ ਕਰਕੇ ਫੈਕਟਰੀ ਦੇ ਵਿੱਚ ਅੱਗ ਲੱਗਣ ਤੇ ਭਾਰੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਫੈਕਟਰੀ ਮਾਲਕ ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕਰੀਬ ਰਾਤ 11 ਵਜੇ ਮੇਰੇ ਨੌਕਰ ਦਾ ਫੋਨ ਆਇਆ ਕਿ ਫੈਕਟਰੀ ਵਿੱਚੋਂ ਧੂੰਆਂ ਨਿਕਲ ਰਿਹਾ, ਪਰ ਜਦ ਮੈਂ ਜਾ ਕੇ ਦੇਖਿਆ ਤਾਂ ਫੈਕਟਰੀ ਦੇ ਵਿੱਚ ਅੱਗ ਲੱਗੀ ਹੋਈ ਸੀ ਤੇ ਉੱਚੀਆਂ ਉੱਚੀਆਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਉਸਨੇ ਕਿਹਾ ਕਿ ਉਸਦੀ ਗੱਡੀ ਅਤੇ ਮੋਟਰਸਾਈਕਲ ਵੀ ਫੈਕਟਰੀ ਦੇ ਅੰਦਰ ਲੱਗੇ ਹੋਏ ਸੀ ਤੇ ਉਹਨਾਂ ਨੂੰ ਬਾਹਰ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ। ਉਸਨੇ ਦੱਸਿਆ ਕਿ ਖੁਦ ਵੀ ਉਹ ਮਸਾਂ ਬਚਿਆ ਹੈ, ਜਦਕਿ ਉਸਦਾ ਮੱਥਾ ਅਤੇ ਹੱਥ ਇਸੇ ਜਦੋਜਹਿਦ ਦੇ ਵਿੱਚ ਝੁਲਸ ਗਏ ਹਨ ਅਤੇ ਉਸਦੇ ਨੌਕਰ ਦੀ ਪਤਨੀ ਦੇ ਗਿੱਟੇ ਉੱਤੇ ਵੀ ਸੱਟ ਲੱਗੀ ਹੈ, ਜਿਸ ਨੂੰ ਇਲਾਜ ਲਈ ਫਤਿਹਗੜ੍ਹ ਚੂੜੀਆਂ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਾਇਆ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕਰ ਦਿੱਤਾ ਗਿਆ ਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਕਰੀਬ 3 ਘੰਟੇ ਦੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਉਹਨਾਂ ਕਿਹਾ ਕਿ ਅੱਗ ਲੱਗਣ ਦਾ ਮੁੱਖ ਕਾਰਨ ਫੈਕਟਰੀ ਦੇ ਵਿੱਚ ਸ਼ਾਰਟ ਸਰਕਟ ਹੋਣਾ ਸੀ। ਜਿੱਥੇ ਫੈਕਟਰੀ ਦੇ ਅੰਦਰ ਅੱਗ ਲੱਗੀ ਉੱਥੇ ਹੀ ਅੰਦਰ ਲੱਗੀਆਂ ਗੱਡੀਆਂ ਦੀਆਂ ਟੈਂਕੀਆਂ ਵੀ ਫਟ ਗਈਆਂ ਤੇ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ। ਇਸ ਭਿਆਨਕ ਅੱਗ ਨਾਲ ਫੈਕਟਰੀ ਦੀ ਪੂਰੀ ਬਿਲਡਿੰਗ ਨੂੰ ਨੁਕਸਾਨ ਪਹੁੰਚਿਆ ਹੈ ਤੇ ਉਹਨਾਂ ਦੇ ਮੁਤਾਬਕ 25 ਤੋਂ 30 ਲੱਖ ਦਾ ਨੁਕਸਾਨ ਹੋਇਆ ਹੈ। ਉਹਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ। ਉਧਰ ਮੌਕੇ ਤੇ ਪਹੁੰਚੇ ਥਾਣਾ ਕੋਟਲੀ ਸੂਰਤਮੱਲੀ ਦੇ SHO ਮਨਜੀਤ ਸਿੰਘ ਦਾ ਕਹਿਣਾ ਹੈ ਕਿ ਫੈਕਟਰੀ ਮਾਲਕ ਦਾ ਬਿਆਨ ਦਰਜ ਕਰ ਲਿਆ ਤੇ ਹੁਣ ਕਾਨੂੰਨ ਮੁਤਾਬਕ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ। ਆਓ ਦੇਖਦੇ ਹਾਂ ਆਲਟੋ ਨਿਊਜ਼ ਦੀ ਪੂਰੀ ਰਿਪੋਰਟ। ਮੈਂ ਬਲਵਿੰਦਰ ਸਿੰਘ। ਇੱਥੇ ਕੋਈ ਸ਼ਾਰਟ ਸਰਕਟ ਹੋ ਗਿਆ ਰਾਤ ਨੂੰ, ਲੇਬਰ ਹੀ ਇੱਥੇ ਸਾਡੇ ਰਹਿੰਦੇ ਆ, ਉਹਨਾਂ ਨੇ ਦੱਸਿਆ ਵੀ ਧੂੰਆਂ ਆਉਣ ਡਿਆ ਵਾ, ਨਿਕਲਣ ਡਿਆ ਤੇ ਮੈਂ ਆਇਆ ਪਿੰਡੋਂ। ਆਉਂਦਿਆਂ ਨੂੰ ਇਹ ਅੱਗ ਕਾਫੀ ਮੱਚ ਗਈ ਸੀ। ਮੈਂ ਗਿਆ ਤੇ ਜਾਂਦਾ ਗੱਡੀ ਵੀ ਤੇ ਆਪਣਾ ਬਾਈਕ, ਇਸ ਹੋਰ ਜੋ ਸਮਾਨ ਸੀ ਕਾਫੀ, 2-2.5 ਲੱਖ ਦਾ ਮਸ਼ੀਨ ਉਹ ਸਭ ਸਾਡੇ ਤੇ ਪਾਣੀ ਫੈਕਟਰੀ ਫਾਇਰ ਬ੍ਰਿਗੇਡ ਆਇਆ ਫਿਰ ਡਿਲੀਵਰ ਨੂੰ 12:30 ਵਜੇ ਟੋਟਲ ਨੁਕਸਾਨ। ਮੌਕੇ ਤੋਂ ਪੁਲਿਸ ਅਧਿਕਾਰੀ ਕੀ ਆਸ਼ਵਾਸਨ ਦੇ ਕੇ ਨੇ? ਪੁਲਿਸ ਅਧਿਕਾਰੀ ਕਹਿਣ ਡੇ ਵੀ ਅਸੀਂ ਤੁਸੀਂ ਰਿਪੋਰਟ ਕਰੋ, ਤੁਹਾਡੀ ਬਣਦੀ ਕਾਰਵਾਈ ਹੋਈ ਹੈ ਤੁਹਾਨੂੰ। ਤੁਹਾਡੇ ਅਨੁਮਾਨ ਮੁਤਾਬਕ ਕਿੰਨੇ ਦਾ ਨੁਕਸਾਨ ਹੋਇਆ ਜੀ? ਵੀਹ 25 ਲੱਖ ਦਾ ਹੋ ਗਿਆ। ਇਹਦੀ ਫੈਕਟਰੀ ਕੋਲ ਇੰਸ਼ੋਰੈਂਸ ਵਗੈਰਾ ਹੋਈ ਸੀ? ਨਹੀਂ, ਫੈਕਟਰੀ ਨਹੀਂ। ਹੁਣ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਸਾਡੇ ਖਰਚੇ ਦਾ ਕੋਈ ਦਿੱਤਾ ਜਾਵੇ ਸਾਨੂੰ, ਸਾਡਾ ਜਿਹੜਾ ਨੁਕਸਾਨ ਹੋਇਆ ਉਹ ਕਾਰਨ ਇਲੈਕਟ੍ਰਿਕ ਸਰਕਟ ਹੋ ਗਈ ਸਾਰਟ ਹੋਇਆ। ਠੀਕ। ਆਪਣਾ ਭਾਈ ਬਲਰਾਜ ਸਿੰਘ ਸਰ। ਹਾਂਜੀ, ਕੀ ਮਾਮਲਾ ਕੀ ਕੀਤਾ ਸੀ? ਮਾਮਲਾ ਇਹ ਜੀ, ਰਾਤੀ ਮੈਨੂੰ ਕੋਈ 11:30 ਵਜੇ ਫੋਨ ਗਿਆ ਇੱਥੋਂ ਵੀ ਫੈਕਟਰੀ ਦੇ ਵਿੱਚ ਅੱਗ ਲੱਗੀ ਆ ਤੇ ਸਾਡੇ ਨਾਲ ਹੀ ਇੱਥੇ ਰੈਲੇਟਿਵ ਆ, ਉਹਨਾਂ ਨੂੰ ਫੋਨ ਕੀਤਾ, ਉਹ ਵੀ ਆਏ ਨੇ, ਇਹ ਫਾਦਰ ਸੰਗੋਨ ਮੇਰੇ, ਇਹ ਵੀ ਇੱਥੇ ਪਹੁੰਚੇ, ਪਰ ਇਹਨਾਂ ਦੇ ਆਉਣ ਤੱਕ ਅੱਗ ਜਿਹੜੀ ਜ਼ਿਆਦਾ ਵੱਧ ਗਈ ਵੀ ਕਾਬੂ ਨਹੀਂ ਪਾਇਆ ਜਾਂਦਾ ਤੇ ਫੋਨ ਕੀਤਾ ਅਸੀਂ ਫਾਇਰ ਬ੍ਰਿਗੇਡ ਨੂੰ, ਉਹ 2-2.5 ਘੰਟੇ ਬਾਅਦ ਆਇਆ, ਪਰ ਉਹਨਾਂ ਨੇ ਆਣ ਕੇ ਅੱਗ ਦੇ ਉੱਤੇ ਕਾਬੂ ਪਾਇਆ, ਉਸ ਤਰ੍ਹਾਂ ਕਾਬੂ ਨਹੀਂ ਪੈਣਾ ਅੱਗ ਦੇ ਉੱਤੇ, ਬਹੁਤ ਜ਼ਿਆਦਾ ਸੀਗਾ। ਉਹਨੇ ਟਾਈਮ ਤੱਕ ਸਾਰਾ ਨੁਕਸਾਨ ਹੋ ਚੁੱਕਾ ਸੀ। ਜਾਨੀ ਤੇ ਮਾਲੀ ਨੁਕਸਾਨ ਸਰ ਕਿੰਨਾ ਕੀ? ਜਾਨੀ ਨੁਕਸਾਨ ਨਹੀਂ ਹੋਇਆ, ਮਾਲੀ 25-30 ਲੱਖ ਦਾ ਨੁਕਸਾਨ ਹੈ ਜੀ। ਹਾਂਜੀ, ਮਸ਼ੀਨ ਆ ਪਾਣੀ ਵਾਲੀ, ਟੈਂਕੀਆਂ ਸੀ 2 ਵੱਡੀਆਂ, ਇੱਕ ਛੋਟਾ ਸੀ ਮੋਟਰਸਾਈਕਲ ਆ, ਬਿਲਡਿੰਗ ਸਾਰੀ ਨੂੰ ਨੁਕਸਾਨ ਆ, ਕੋਈ ਤਰੇੜਾਂ ਆਈਆਂ ਵਾ ਸਾਰੀਆਂ। ਹਾਂਜੀ, ਉਧਰ ਸਾਰਾ ਕੁਝ ਸੜਕ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਕੋਈ ਮੁਆਵਜ਼ਾ ਸਾਨੂੰ ਇਹਨਾਂ ਦਾ ਇਹਦਾ ਦਿੱਤਾ ਜਾਵੇ। ਸਰ, ਅੱਜ ਪਿੰਡ ਧਾਰੋਵਾਲੀ ਵਿਖੇ ਇੱਕ ਫੈਕਟਰੀ ਨੂੰ ਅੱਗ ਲੱਗੀ, ਮੌਕਾ ਵੇਖਣ ਆਏ, ਕੀ ਸਥਿਤੀ ਕੀ? ਇਹ ਮੈਂ ਮੌਕੇ 'ਤੇ ਹੁਣ ਆਇਆ, ਜਸਟ ਮੈਨੂੰ 1/2 ਘੰਟਾ ਪਹਿਲਾਂ ਪਤਾ ਲੱਗਾ। ਮੈਂ ਇੱਥੇ ਆਇਆ, ਮੌਕਾ ਦੇਖਿਆ, ਇੱਥੇ ਇੱਕ ਵਾਟਰ ਪਲਾਂਟ ਲੱਗਾ ਹੋਇਆ ਜਿਹਨੂੰ ਬਲਰਾਜ ਸਿੰਘ ਨਾਮ ਦੇ ਵਿਅਕਤੀ ਅੰਮ੍ਰਿਤਸਰ ਦੀ ਚਲਾ ਰਹੇ ਸੀ। ਕਰੀਬ 2 ਸਾਲ ਤੋਂ ਉਹਨਾਂ ਨੇ ਬਲਵਿੰਦਰ ਸਿੰਘ ਨਾਮੀ ਧਾਰੋਵਾਲੀ ਦੇ ਵਿਅਕਤੀ ਨੇ ਉਹਨਾਂ ਨੂੰ ਅੱਗੋਂ ਇਹ ਪਲਾਂਟ ਜਿਹੜਾ ਚਲਾਉਣ ਵਾਸਤੇ ਦਿੱਤਾ। ਮੌਕੇ 'ਤੇ ਮੈਂ ਦੇਖਿਆ ਇੱਥੇ ਇੱਕ ਛੋਟਾ ਹਾਥੀ ਸੀ ਅੰਦਰ ਖੜ੍ਹਾ, ਇੱਕ ਬਾਈਕ ਲੱਗੀ ਸੀ ਸਪਲੈਂਡਰ, ਉਹ ਵੀ ਤਕਰੀਬਨ 100% ਹੀ ਸੜੀ ਹੋਈ ਆ। ਛੋਟਾ ਹਾਥੀ ਜਿਹੜਾ ਉਹਦੇ ਵੀ ਟਾਇਰ ਵਗੈਰਾ ਸੜ ਗਏ, ਨਕਾਰਾ ਹੋ ਗਈ ਹੈ, ਔਰ ਪਲਾਂਟ ਜਿਹੜਾ ਉਹਨੂੰ ਵੀ ਅੰਦਰ ਜਿਹੜੀ ਅੱਗ ਲੱਗੀ ਹੋਈ ਹੈ, ਉੱਪਰ ਰੈਸ਼ ਆ, ਰੈਸ਼ ਤੱਕ ਤਾਂ ਉਹਨੂੰ ਉੱਪਰ ਨੂੰ ਅੱਗ ਦੀਆਂ ਲਪਟਾਂ ਗਈਆਂ ਨੇ। ਜਾਨੀ ਤਾਂ ਕੋਈ ਨੁਕਸਾਨ ਨਹੀਂ ਹੋਇਆ,
तो माली इन्हों का काफ़ी जरा जो भी नुकसान होया असी वेरीफाई कर रहे हैं। इन्होंने हदायत की भी अपनी जो भी दरखास्त वगैरह देन जे तुम किसी से शक तो भी दसा जिन्होंने कहा भी ये सर्कट जो बिजली का शार्ट होने करके ये जी प्रॉब्लम क्रिएट हुई है तो जो भी वो बनती कानूनी कार्रवाई असं सर मालकान ने दसा मुताबिक कितना कितना नुकसान जो है मालकान ने दसा मुताबिक कोई 15-20 लाख का नुकसान कहने हो रहा बाकी जो भी वो वैल्यूएशन हैगी है असी जो ये कार्रवाई करवानी चाहेंगे जो बनती होगी कानून अनुसार तो असं वैल्यूएशन मुताबिक तस्दीक करके असं कार्रवाई कर सर जो इन्होंने उपर सराउंड रह रहे कह रहे थे मतलब कोई लत वगैरह टुट गई है देखो वो लत टुटन बारे मेरे गल ध्यान कोई नहीं आई जे कोई यह गल हैगी अग न बचाने लगे कोई अपनी जी हैगी केयर कर लगे कोई गल हुई होगी बाकी किसी वालों कोई प्रॉब्लम यह नहीं सर लगे।